ਪੋ ਫੁੱਟਣ ਦੇ ਕੁਝ ਹੀ ਦੇਰ ਬਾਅਦ ਤਮਿਲਨਾਡੂ ਦੇ ਦੱਖਣ ਜ਼ਿਲ੍ਹੇ ਦੇ ਰਾਮਨਾਥਪੁਰਮ ਦੇ ਰਮੇਸ਼ਵਰ ਦੇ ਪਵਿੱਤਰ ਟਾਪੂ ਤੋਂ ਜੱਥੇ 'ਚ ਔਰਤਾਂ ਸਮੁੰਦਰ ਵਿੱਚ ਉਤਰਦੀਆਂ ਹਨ। ਉਹਨਾਂ ਵਿੱਚੋਂ ਜ਼ਿਆਦਾਤਰ ਆਪਣੀ ਜਵਾਨੀ ਦੀ ਉਮਰ ਲੰਘਾ ਚੁੱਕੀਆਂ ਹਨ ਅਤੇ ਉਹਨਾਂ ਨੂੰ ਲਹਿਰਾਂ ਜਾਂ ਜਵਾਹਰ ਦੇ ਖਤਰੇ ਦਾ ਕੋਈ ਡਰ ਨਹੀਂ ਹੈ। ਉਹਨਾਂ ਨੂੰ ਸਮੁੰਦਰ ਦੀਆਂ ਧੀਆਂ ਹੋਣ ਦਾ ਮਾਣ ਹੈ। ਸਮੁੰਦਰ ਦੇ ਨਮਕੀਨ ਪਾਣੀ ਵਿੱਚ ਘੰਟਿਆਂ ਭਿੱਜ ਕੇ ਇਹ ਸ਼ਵੈਲ ਇਕੱਠੇ ਕਰ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੀਆਂ ਹਨ। ਇਹ ਕੰਮ ਕੋਈ ਮਜ਼ਾਕ ਨਹੀਂ ਹੈ, ਕਿਉਂਕਿ ਅਕਸਰ ਸਮੁੰਦਰ 'ਚ ਸ਼ਵੈਲ ਇਕੱਠੇ ਕਰਨ ਲਈ ਉਹਨਾਂ ਨੂੰ 1 ਸਾਲ ਲੈ ਕੇ ਲੰਬੇ ਸਮੇਂ ਤੱਕ ਪਾਣੀ ਦੇ ਅੰਦਰ ਰਹਿਣਾ ਪੈਂਦਾ ਹੈ। ਸੈਰ ਸਪਾਟਾ ਅਤੇ ਮੱਛੀ ਫੜਨ ਤੋਂ ਇਲਾਵਾ ਸਮੁੰਦਰੀ ਸ਼ਵੈਲ ਨੂੰ ਇਕੱਠਾ ਕਰਨਾ ਵਿਸ਼ੇਸ਼ ਤੌਰ ਉੱਤੇ ਮਹਿਲਾਵਾਂ ਲਈ ਲਾਭਕਾਰੀ ਰੁਜ਼ਗਾਰ ਹੈ। ਆਪਣਾ ਸਾਹ ਰੋਕਣਾ ਅਜਿਹਾ ਕਰਨ ਵਾਲੀ ਜ਼ਿਆਦਾਤਰ ਮਹਿਲਾਵਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ ਅਤੇ ਇਹ ਬਹੁਤ ਘੱਟ ਉਮਰ ਤੋਂ ਹੀ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ। ਸਮੁੰਦਰੀ ਸ਼ਵੈਲ ਸ਼ਿੰਗਾਰ ਸਮੱਗਰੀ ਵਿੱਚ ਵਰਤਿਆ ਜਾਣ ਵਾਲਾ ਇੱਕ ਪ੍ਰਮੁੱਖ ਪਦਾਰਥ ਹੈ। ਇਸ ਕਾਰਨ ਪੂਰੇ ਸਾਲ ਇਸ ਦੀ ਬਹੁਤ ਜ਼ਿਆਦਾ ਮੰਗ ਰਹਿੰਦੀ ਹੈ। ਇਸ ਉੱਤੇ ਵੀ ਇਹ ਮਹਿਲਾਵਾਂ ਸ਼ਾਇਦ ਹੀ ਕਦੇ ਉਹਨਾਂ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ। பத்து கிலோ எடுப்பான், 12 கிலோ எடுப்பான், 8 கிலோ எடுப்பான், 7 கிலோ எடுப்பான். வறந்தது எடுக்கிறது தக்கன இருக்கு। ਇਸ ਤਰੀਕੇ ਨਾਲ ਇਕੱਠੇ ਕੀਤੇ ਸਮੁੰਦਰੀ ਸ਼ਵੈਲ ਨੂੰ ਕੰਢੇ ਉੱਤੇ ਸੁਕਾਇਆ ਜਾਂਦਾ ਹੈ ਅਤੇ ਇੱਕ ਵਾਰ ਪ੍ਰੋਸੈਸ ਕਰਨ ਤੋਂ ਬਾਅਦ ਇਸ ਨੂੰ 50 ਰੁਪਏ ਪ੍ਰਤੀ ਕਿਲੋ ਉੱਤੇ ਵੇਚਿਆ ਜਾਂਦਾ ਹੈ। ਦਿਨ ਰਾਤ ਸਖਤ ਮਿਹਨਤ ਦੇ ਬਦਲੇ ਉਹ ਕਿੰਨੀ ਕਮਾਈ ਕਰ ਰਹੀਆਂ ਹਨ। ਉਹਨਾਂ ਨੂੰ ਮਹਿਜ 500 ਤੋਂ 600 ਰੁਪਏ ਤੋਂ ਵੱਧ ਪੈਸੇ ਨਹੀਂ ਮਿਲਦੇ। எங்களுக்கு என்ன இந்த இது எடுத்தோம்னா 400 ரூபா 300 ரூபாய்க்கு இருக்கும். காலையில் 6 மணிக்கு வந்து இறங்குறோம். இந்த 12:00 ஆயிடுச்சு, 1 மணி வரைக்கும் தண்ணிக்குள்ள தான் கிடக்கிறோம். கிடந்துட்டு வந்து இந்த காயை போடுறோம். காயை போட்டு அதை கொண்டு நிறுத்தோம்னா 300 400 இவ்வளவுக்கு தான் இருக்கும். அது எங்களுக்கு இந்த வர போக ஆட்டோவுக்கு இங்கே வர 30 ரூபா, அங்கே போக 30 ரூபா போயிடும். ਉਹ ਖਰਚਿਆਂ ਦੇ ਨਾਲ ਨਾਲ ਮੁਸੀਬਤਾਂ ਵੀ ਚੁੱਕਦੀਆਂ ਹਨ, ਪਰ ਜਦੋਂ ਕੰਮ 'ਚ ਲੱਗੀਆਂ ਹਨ ਤਾਂ ਸਮੁੰਦਰ ਦੀਆਂ ਇਹਨਾਂ ਧੀਆਂ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.